ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਡਾਕਟਰ ਬਲਕਾਰਨ ਸਿੰਘ ਸੰਧੂ, ਸਹਾਇਕ ਪ੍ਰੋਫੈਸਰ ਫਸਲ ਵਿਗਿਆਨ, ਕ੍ਰਿਸ਼ੀ ਵਿਗਿਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ। ਇਸ ਵਾਰ ਆਪਣੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਕਿਸਾਨ ਵੀਰ ਹੈ ਜਿਨ੍ਹਾਂ ਨੇ ਹੈਪੀ ਸੀਡਰ ਦੇ ਨਾਲ ਬਿਜਾਈ ਕੀਤੀ ਹੈ, ਅਤੇ ਨਵੀਂ ਚੀਜ਼ ਹੈ। ਕੁਛ ਕਿਸਾਨ ਵੀਰ ਹੈ ਜਿਹੜੇ ਪਿਛਲੇ ਸਾਲਾਂ ਤੋਂ ਕਰ ਰਹੇ ਆ, ਕੁਛ ਕਿਸਾਨ ਵੀਰ ਜਿਹੜੇ ਨਵੇਂ ਇਹਦੇ ਨਾਲ ਜੁੜੇ ਆ, ਤਾਂ ਉਹਦੇ ਲਈ ਹੈਪੀ ਸੀਡਰ ਦੀ ਫਸਲ ਦੇ ਵਿੱਚ ਜਿਹੜਾ ਪਾਣੀ ਪ੍ਰਬੰਧ ਆਪਾਂ ਕਿਵੇਂ ਕਰਨਾ, ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਹੈਪੀ ਸੀਡਰ ਦੀ ਫਸਲ ਹੈ ਜਿਹੜੀ, ਹੈਪੀ ਸੀਡਰ ਜਿਹੜਾ ਦੋ ਤਰੀਕੇ ਨਾਲ ਆਪਣੇ ਖੇਤ ਦੇ ਵਿੱਚ ਚੱਲਦਾ। ਇੱਕ ਤਾਂ ਜੇ ਆਪਾਂ ਹਲਾਵੀਂ ਬੀਜਦੇ ਹਾਂ, ਜਿਵੇਂ ਆਹ ਖੇਤ ਆਪਾਂ ਵੇਖਿਆ ਜੇਕਰ, ਅਤੇ ਦੂਸਰਾ ਜਿਹੜਾ ਤਰੀਕਾ ਉਹ ਘੇਰੇ ਲੋਟ ਹੈ। ਹਲਾਵੀਂ ਦੇ ਵਿੱਚ ਜੇਕਰ ਆਪਣੀ ਜਿਹੜੀ ਬਿਜਾਈ ਹੈ, ਜਿਵੇਂ ਇਹ ਆਪਣਾ ਖਾਲਾ ਖਾਲ ਹੈ ਜਿਹਦੇ ਵਿੱਚ ਆਪਾਂ ਪਾਣੀ ਲਾਉਣਾ, ਖਾਲੇ ਤੋਂ ਜਿਹੜੀ ਉਲਟ 90 ਡਿਗਰੀ ਕੋਣ 'ਤੇ ਜੇਕਰ ਆਪਾਂ ਬਿਜਾਈ ਕੀਤੀ ਹੈ, ਤਾਂ ਇਹਦੇ ਵਿੱਚ ਪਾਣੀ ਕੁਛ ਹੱਦ ਤੱਕ ਘੱਟ ਲੱਗੂਗਾ। ਪਰ ਜੇਕਰ ਆਪਾਂ ਘੇਰੇ ਲੋਟ ਬਿਜਾਈ ਕੀਤੀ ਹੈ, ਜਾਂ ਜੇਕਰ ਜਿਵੇਂ ਆਪਣਾ ਇਹ ਖਾਲਾ ਖਾਲੇ ਦੇ ਨਾਲ ਆਪਾਂ ਇਸ ਤਰੀਕੇ ਦੇ ਨਾਲ ਉਸੇ ਹਿਸਾਬ ਨਾਲ ਹੀ ਬਿਜਾਈ ਕੀਤੀ ਹੈ, ਤਾਂ ਪਾਣੀ ਆਮ ਕਣਕ ਨਾਲੋਂ ਵੱਧ ਲੱਗ ਸਕਦਾ ਹੈ, ਕਿਉਂਕਿ ਭਾਰਾ ਲੱਗ ਸਕਦਾ, ਕਿਉਂਕਿ ਇਹਦੇ ਵਿੱਚ ਪਰਾਲੀ ਜੁੜੀ ਹੁੰਦੀ ਹੈ। ਪਰਾਲੀ ਦੇ ਵਿੱਚ ਜਿਹੜਾ ਪਾਣੀ ਹੈ ਬਹੁਤ ਹੌਲੀ ਤੁਰਦਾ, ਰੁਕ ਰੁਕ ਕੇ ਚੱਲਦਾ, ਅਤੇ ਉਹ ਆਪਾਂ ਨੂੰ ਵੇਖਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਦੋਂ ਆਪਣਾ ਕਿਆਰਾ ਜਿਹੜਾ 50 ਤੋਂ 60% ਤੱਕ ਹੋ ਗਿਆ, ਭਾਵੇਂ ਆ ਵੀ ਅੱਧੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਕਿਆਰਾ ਹੋ ਗਿਆ, ਤਾਂ ਇੱਕ ਵਾਰ ਜਿਹੜਾ ਪਹਿਲਾ ਕਿਆਰਾ ਆਪਾਂ ਨੂੰ ਉਦੋਂ ਪਾਣੀ ਬੰਦ ਕਰ ਦੇਣਾ ਚਾਹੀਦਾ। ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂਗੇ, ਤੁਹਾਨੂੰ ਵੀ ਅੱਗੇ ਤਜਰਬਾ ਹੋਊਗਾ ਵੀ ਪਾਣੀ ਇਹਦੇ ਵਿੱਚ ਬਹੁਤ ਹੌਲੀ ਤਰੀਕੇ ਨਾਲ ਤੁਰਦਾ, ਅਤੇ ਖਾਸ ਕਰ ਭਾਰੇ ਪਾਣੀ ਕਰਕੇ ਆਪਾਂ ਆਪਣੀ ਕਣਕ ਪੀਲੀ ਨਾ ਪੈ ਜਾਵੇ ਅਤੇ ਆਪਣੇ ਝਾੜ ਦੇ ਉੱਤੇ ਫਰਕ ਨਾ ਪੈ ਜਾਵੇ। ਇਹ ਜਿਹੜਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਇਹਦੇ ਵਿੱਚ ਜੇਕਰ ਆਪਾਂ ਜਿਵੇਂ ਆਹ ਆਪਾਂ ਖੇਤ ਵੇਖ ਰਹੇ ਹਾਂ, ਇਸ ਖੇਤ ਦੇ ਵਿੱਚ ਅਸੀਂ ਇੱਥੇ SMS ਵਾਲੀ ਮਸ਼ੀਨ ਚਲਾ ਕੇ ਬਿਜਾਈ ਕੀਤੀ ਹੈ। ਇਹਦੇ ਵਿੱਚ ਜਿਹੜਾ ਪਾਣੀ ਹੈ ਫਿਰ ਵੀ ਕਿਸ ਹੱਦ ਤੱਕ ਵਧੀਆ ਚਤਰੂਗਾ, ਪਰ ਜੇਕਰ ਆਪਾਂ ਮਲਚਰ ਦੇ ਨਾਲ ਜਾਂ ਆਮ ਜਿਹੜਾ ਕੱਟ ਰੀਪਰ ਦੇ ਨਾਲ ਬਿਜਾਈ ਕੀਤੀ ਹੈ, ਉਹਦੇ ਵਿੱਚ ਪਾਣੀ ਥੋੜ੍ਹਾ ਰੁਕ ਰੁਕ ਕੇ ਚੱਲੂਗਾ, ਅਤੇ ਆਪਾਂ ਨੂੰ ਉਸ ਹਿਸਾਬ ਨਾਲ ਹੀ ਆਪਣੇ ਪਾਣੀ ਪ੍ਰਬੰਧ ਕਰ ਲੈਣਾ ਚਾਹੀਦਾ, ਤਾਂ ਜੋ ਆਪਣਾ ਝਾੜ ਦੇ ਉੱਤੇ ਮਾੜਾ ਅਸਰ ਨਾ ਪਵੇ। ਧੰਨਵਾਦ।